ਮੈਂ ਅਭਿਮਨਯੂ ਸਿੰਘ, ਪਿੰਡ ਜੈਣੀ, ਜ਼ਿਲ੍ਹਾ ਪਠਾਨਕੋਟ ਦਾ ਨਿਵਾਸੀ ਹਾਂ। ਮੈਂ ਜਰਮਨੀ 'ਚ ਸਟੱਡੀ ਕਰਨ ਦੇ ਦੌਰਾਨ 2.5 ਸਾਲ ਦੇ ਵਿੱਚ ਪੂਰਾ ਯੂਰੋਪ ਟਰੈਵਲ ਕੀਤਾ ਹੈ ਅਤੇ ਮੈਂ ਟੋਟਲ 51 ਕੰਟਰੀਆਂ ਟਰੈਵਲ ਕਰ ਚੁੱਕਾ। 15 ਸਤੰਬਰ 2021 ਨੂੰ ਮੈਂ ਜਰਮਨੀ ਵਿੱਚ ਸਟੱਡੀ ਕਰਨ ਪਹੁੰਚਿਆ ਸੀ ਅਤੇ ਮੈਂ ਉਸ ਤੋਂ ਬਾਅਦ ਟਰੈਵਲ ਕਰਨਾ ਸ਼ੁਰੂ ਕਰਤਾ ਅਤੇ ਮੈਂ ਵੀਕਐਂਡਸ 'ਤੇ ਟਰੈਵਲ ਕਰਦਾ ਸੀ ਅਤੇ ਮੈਂ 2.5 ਸਾਲ ਦੇ ਵਿੱਚ ਸਾਰੀ ਯੂਰੋਪੀਅਨ ਕੰਟਰੀ ਟਰੈਵਲ ਕਰ ਚੁੱਕਾ। ਇਹ ਸਭ ਟਰੈਵਲ ਮੈਂ ਜਰਮਨੀ ਪਹੁੰਚਣ ਦੇ ਬਾਅਦ ਸ਼ੁਰੂ ਕੀਤਾ ਹੈ ਅਤੇ ਜਿੰਨੀ ਵੀ ਟਰੈਵਲ ਕੋਸਟ ਸੀਗੀ ਉਹ ਮੈਂ ਆਪਣੀ ਪਾਰਟ ਟਾਈਮ ਜੋਬ ਤੋਂ ਮੈਨੇਜ ਕੀਤੀ ਹੈ। ਸਾਰੀ ਕੰਟਰੀਜ਼ ਜੋ ਵੀ ਮੈਂ ਟਰੈਵਲ ਕੀਤੀ ਹੈ ਇਹ ਪਾਰਟ ਟਾਈਮ ਜੋਬ ਅਤੇ ਸਟੱਡੀ ਦੇ ਦੌਰਾਨ ਮੈਨੇਜ ਕੀਤੀ ਹੈ। ਬਹੁਤ ਜ਼ਿਆਦਾ ਪਲੈਨਿੰਗ ਅਤੇ ਟਾਈਮ ਮੈਨੇਜਮੈਂਟ ਦੇ ਨਾਲ ਇਹ ਸਭ ਸਕਸੈਸਫੁਲ ਹੋ ਪਾਇਆ ਹੈ ਅਤੇ ਮੈਂ ਜਿੰਨੇ ਵੀ ਵੀਜ਼ਾਸ ਅਪਲਾਈ ਕੀਤੇ ਆ ਉਹ ਖੁਦ ਹੀ ਕੀਤੇ ਆ ਬਿਨਾਂ ਕੋਈ ਏਜੰਟ ਦੀ ਹੈਲਪ ਦੇ। 2-3 ਕੰਟਰੀਆਂ ਜਿੱਦਾਂ ਰਸ਼ੀਆ, ਯੂਕਰੇਨ ਅਤੇ ਬੇਲਾਰੂਸ ਨੂੰ ਛੱਡ ਕੇ ਮੈਂ ਸਾਰੀ ਯੂਰੋਪੀਅਨ ਕੰਟਰੀਜ਼ ਵਿਜ਼ਿਟ ਕਰ ਚੁੱਕਾ। ਬਾਕੀ ਇਹ ਸਭ ਸ਼ੁਰੂਆਤ ਹੈ, ਮੈਂ ਪੂਰੀ ਦੁਨੀਆ ਘੁੰਮਣਾ ਚਾਹੁੰਦਾ ਅਤੇ ਮੈਂ ਜਲਦੀ ਪੂਰਾ ਕਰੂੰਗਾ। ਅਤੇ ਬਾਕੀ ਜਿੰਨੇ ਵੀ ਮੇਰੇ ਪੰਜਾਬੀ ਵੀਰ ਭਰਾ ਹੈਗੇ ਉਹਨਾਂ ਸਾਰਿਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਜੇ ਤੁਸੀਂ ਟਾਈਮ ਨੂੰ ਸਹੀ ਤਰੀਕੇ ਨਾਲ ਮੈਨੇਜ ਕਰੋ ਤਾਂ ਤੁਸੀਂ ਵੀ ਟਰੈਵਲ ਈਜ਼ੀਲੀ ਕਰ ਸਕਦੇ ਹੋ।